ਪਿਆਰੇ ਕਿਸਾਨ ਵੀਰੋ ਮੇਰਾ ਨਾਮ ਰੁਪਿੰਦਰ ਸਿੰਘ ਪਿੰਡ ਹਵਤਪੁਰ ਢਿਲਵਾ ਬਲਾਕ ਚ ਪੈਂਦਾ ਜੀ ਇਹ ਜੋ ਕਣਕ ਆਪਾਂ ਦੇਖ ਰਹੇ ਆ ਇਹ ਮੈਂ ਸੋਪਰੇ ਆਪਣੇ ਸੀਡਰ ਨਾਲ ਬੀਜੀ ਆ ਜੀ ਇਸ ਤੋਂ ਪਹਿਲਾਂ ਆਪਾਂ ਐਸਐਮਐਸ ਵਾਲੀ ਕੰਬਾਈਨ ਨਾਲ ਇਹਨੂੰ ਵੱਢਿਆ ਗਿਆ ਝੋਨਾ ਉਸ ਤੋਂ ਬਾਅਦ ਇੱਕ ਵਾਰੀ ਮਲਚਰ ਕੀਤਾ ਜੀ ਮਲਚਰ ਕਰਨ ਤੋਂ ਬਾਅਦ ਫਿਰ ਆਪਣੇ ਸੁਪਰ ਸੀਡਰ ਨਾਲ ਕਣਕ ਬੀਜੀ ਹੈ ਤੇ ਇਹਦੇ ਵਿੱਚ ਕਿਸਾਨ ਵੀਰੋ ਦੋ ਗੱਲਾਂ ਵੇਖਣ ਚਾਹੀਆਂ ਜਿੱਥੇ ਮਲਚਰ ਕੀਤਾ ਤੇ ਇੱਕ ਜਗ੍ਹਾ ਮਲਚਰ ਨਹੀਂ ਕੀਤਾ ਉਹਦੇ ਵਿੱਚ ਇਹ ਜਿੱਥੇ ਮਲਚਰ ਕਰਕੇ ਬੀਜੀਆ ਉਹਦੀ ਜਰਮੀਨੇਸ਼ਨ ਵੀ ਵਧੀਆ ਆ ਤੇ ਉਹਦੀ ਗਰੋਥ ਵੀ ਬਹੁਤ ਵਧੀਆ ਜਿੱਥੇ ਮਲਚਰ ਨਹੀਂ ਕੀਤਾ ਉਹਦੇ ਵਿੱਚ ਉਹਦੀ ਥੋੜੀ ਜੀ ਜਰਮੀਨੇਸ਼ਨ ਵੀ ਫਰਕ ਆ ਤੇ ਉਹਦੀ ਗਰੋਥ ਦਾ ਵੀ ਕਾਫੀ ਫਰਕ ਆ ਤੇ ਇਹ ਮੈਂ ਦੇਖਣ ਆਇਆ ਵੀ ਜੇ ਮਲਚਰ ਕਰਕੇ ਸੁਪਰ ਸੀਡਰ ਨਾਲ ਬੀਜੀ ਜਾਵੇ ਤੇ ਬਹੁਤ ਵਧੀਆ ਕਣਕ ਹੁੰਦੀ ਆ ਤੇ ਉਹਦੀ ਗਰੋਥ ਵੀ ਤੇ ਉਹਦੀ ਜਰਮੀਨੇਸ਼ਨ ਵੀ ਕਾਫੀ ਕਾਫੀ ਵਧੀਆ ਰਹੀ ਹੈ